ਹਾਂਜੀ, ਮੇਰਾ ਨਾਂ ਅਮਰਜੀਤ ਹਣੀ, ਬੀਕੇ ਯੂ ਏਕਤਾ ਡਕਾਉਂਦਾ ਧਨੇ ਧੜੇ ਦੇ ਆਗੂ ਆ। ਕਿ ਜਿਹੜਾ ਅਸੀਂ 2020 ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀ, ਉਹ ਅੰਦੋਲਨ ਲਗਭਗ 1 ਸਾਲ ਅਤੇ 13 ਦਿਨ ਚੱਲਿਆ ਸੀ। ਕੇਂਦਰ ਸਰਕਾਰ ਨੇ ਫੈਸਲਾ ਕਰਕੇ ਉਹ ਜਿਹੜਾ ਅੰਦੋਲਨ ਆ ਉਹਦੇ ਸਾਡੇ ਦਬਾਅ ਦੇ ਕਰਕੇ ਉਹਨਾਂ ਨੇ 3 ਖੇਤੀ ਕਾਨੂੰਨ ਵਾਪਸ ਲੈ ਲਏ ਸੀ। ਉਸ ਤੋਂ ਬਾਅਦ ਅਸੀਂ ਜਿਹੜਾ ਸੰਘਰਸ਼ ਆ ਉਹ ਮੁਲਤਵੀ ਕਰਤਾ ਸੀ। ਲਗਾਤਾਰ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ 2 ਸਾਲਾਂ ਤੋਂ। ਮੇਨ ਮੰਗ ਇੱਕ ਸੀਗੀ ਕਿ ਜਿਹੜਾ ਲਖੀਣਪੁਰ ਖੀਰੀ ਦੇ ਆ ਕਾਤਲਾ ਜਿਨ੍ਹਾਂ ਨੇ ਗੱਡੀ ਚੜਾਈ ਆ ਉਸ ਨੂੰ ਮੰਤਰੀ ਮੰਡਲ 'ਚ ਬਰਖਾਸਤ ਕੀਤਾ ਜਾਵੇ। MSP ਦਾ ਜਿਹੜਾ ਕਾਨੂੰਨ ਆ ਉਹਨਾਂ ਨੇ ਕਿਹਾ ਸੀ ਕਿ ਕਮੇਟੀ ਬਣਾ ਕੇ ਅਸੀਂ ਉਹ ਬਣਾਇਆ ਜਾਊਗਾ। ਕਰਜ਼ੇ ਵਾਲੀ ਮੰਗ ਸੀ ਜਾਂ ਪੂਰੇ ਭਾਰਤ ਦੇ ਵਿੱਚ ਅਲੱਗ ਅਲੱਗ ਸਟੇਟਾਂ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਕੀਤੇ ਸੀ, ਇਹ ਮੰਗਾਂ ਨੂੰ ਲੈ ਕੇ ਜਾਣੀ ਕਿ ਅਸੀਂ ਜਿਹੜਾ ਅੰਦੋਲਨ ਮੁਲਤਲ ਕਰਕੇ ਆਏ ਸੀਗੇ। ਉਸ ਤੋਂ ਬਾਅਦ 2 ਸਾਲ ਹੋ ਗਏ BJP ਸਰਕਾਰ ਟੱਚ ਤੋਂ ਮਸ ਨਹੀਂ ਹੋਊਗੀ। ਹੁਣ BJP ਸਰਕਾਰ ਦੇ ਖਿਲਾਫ਼ ਜਿਹੜੀ ਆਰਪਾਰ ਦੀ ਲੜਾਈ ਅਸੀਂ ਸ਼ੁਰੂ ਕੀਤੀ ਵੀ ਆ ਉਹਦੀ ਖਾਤਰ ਮਹਾਂ ਪੰਚਾਇਤ ਆ ਜਿਹੜੀ ਦਿੱਲੀ ਦੇ ਵਿੱਚ 14 ਮਾਰਚ ਨੂੰ ਜਿਹੜੀ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਇਤਿਹਾਸਕ ਹੋਊਗੀ। ਕਿਉਂਕਿ ਇੱਕ ਪਾਸੇ ਕਿਹਾ ਜਾ ਕਿ ਕੇਂਦਰ ਸਰਕਾਰ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਨਹੀਂ ਜਾਣਦੀ, ਅੱਜ ਇਸ ਗੱਲ ਦਾ ਸਬੂਤ ਆ ਕਿ ਪੂਰੇ ਭਾਰਤ ਦੇ ਕਿਸਾਨ ਦਿੱਲੀ ਦੇ ਵਿੱਚ ਵੱਡਾ ਇਕੱਠ ਕਰਕੇ BJP ਦੇ ਖਿਲਾਫ਼ ਵੱਡਾ ਜਿਹੜਾ ਸੰਘਰਸ਼ ਦਾ ਬਿਗਲ ਵਜਾਇਆ ਜੂ ਕਿ ਜੇ BJP ਸਰਕਾਰ ਨੇ ਸਾਡੀਆਂ ਨਾ ਮੰਗਾਂ ਮੰਨੀਆਂ ਫਿਰ ਇਹਦੇ ਬਾਰੇ BJP ਲਈ ਅਤੇ ਸਰਕਾਰ ਲਈ ਸਮੱਸਿਆ ਖੜੀ ਹੋਊਗੀ ਆਉਣ ਵਾਲੀਆਂ ਚੋਣਾਂ ਦੇ ਵਿੱਚ। ਦੇਖੋ, ਚੋਣ ਜਾਬਤਾ ਲੱਗਣ ਵਾਲਾ, ਇਹ 'ਚ ਕੋਈ ਦੋ ਰਹਿਮ ਨਹੀਂ, ਕਦੋਂ ਵੀ ਲਾ ਸਕਦੇ ਆ, ਪਰ ਉਹਦੇ ਵਿੱਚ ਅਲੱਗ ਅਲੱਗ ਤਰੀਕੇ ਹੁੰਦੇ ਲੜਨ ਦੇ। ਜਿਵੇਂ ਬੰਗਾਲ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਅੰਦੋਲਨ ਵੇਲੇ ਵੀ BJP ਨੂੰ ਸਬਕ ਸਿਖਾਉਣ ਦੇ ਬਾਰੇ ਕਹਿ ਕੇ ਵੋਟ 'ਤੇ ਚੋਟ, ਸਾਡਾ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਨਹੀਂ, ਵੀ ਘੱਟ ਤੋਂ ਘੱਟ ਜਿਹੜਾ BJP ਲੋਕਾਂ ਨਾਲ ਕਰ ਰਹੀ ਹੈ, ਘੱਟ ਗਿਣਤੀ ਲੋਕਾਂ ਨਾਲ ਕਰ ਰਹੀ ਹੈ, ਲਗਾਤਾਰ ਜਬਰ ਕਰ ਰਹੀ ਆ, ਇਸ ਦੇ ਜਿਹੜੀ ਸਿਆਸੀ ਚੋਟ ਆ ਉਹ ਮਾਰੀ ਜਾ ਸਕੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਸੋਚਿਆ ਜਾ ਸਕਦਾ ਤਾਂ ਕਿ BJP ਨੂੰ ਜਿਹੜਾ ਸਬਕ ਸਿਖਾਇਆ ਜਾ ਸਕੇ। ਮੇਰਾ ਨਾਂ ਜੀ ਬੂਟਾ ਸਿੰਘ ਤੁੰਗਾਲੀ, ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ। ਅਸੀਂ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਵੀ ਅੱਜ 13 ਤਰੀਕ ਆ, ਇੱਥੋਂ ਹੀ ਟ੍ਰੇਨਾਂ ਰਾਹੀਂ ਸਾਰੇ ਭਾਰਤ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਦੇ ਵਿੱਚ ਪਹੁੰਚ ਰਹੇ ਨੇ, ਵੀ ਜੋ ਵੀ ਇੱਕ ਮਹਾਂ ਪੰਚਾਇਤ ਕਰ ਰਹੇ ਹਾਂ ਸੰਯੁਕਤ ਮੋਰਚੇ ਦੇ ਸੱਦੇ 'ਤੇ, ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਉੱਥੇ ਪਹੁੰਚਣਗੀਆਂ, ਅਤੇ 14 ਤਰੀਕ ਨੂੰ ਅਸੀਂ ਮਾਰਚ ਕਰਕੇ ਦਿੱਲੀ ਦੇ ਵਿੱਚ ਵੱਡੀ ਮਹਾਂ ਪੰਚਾਇਤ ਕਰਕੇ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੀ ਸਾਨੂੰ 2024 ਦੇ ਵਿੱਚ ਝਾਕ ਸੀਗੀ, ਮੂਹਰੇ ਆਉਣ ਵਾਲੀਆਂ ਚੋਣਾਂ ਆ ਰਹੀਆਂ, ਵੀ ਸਾਡੇ ਕਿਸਾਨਾਂ ਦੀ ਬਾਂਹ ਫੜੂ ਅੱਜ ਮੋਦੀ ਸਰਕਾਰ ਸੁੱਤਾ ਪਿਆ, ਉਹਦਾ ਕਰਕੇ ਅਸੀਂ ਸੰਯੁਕਤ ਮੋਰਚੇ ਦੇ ਸੱਦੇ 'ਤੇ ਵੱਡੀ ਗਿਣਤੀ 'ਚ ਦਿੱਲੀ ਦੇ ਵਿੱਚ ਪਹੁੰਚ ਰਹੇ ਹਾਂ। ਦੇਖੋ, ਸਾਨੂੰ ਸੀਗਾ ਉਮੀਦ ਸੀਗੀ ਪਰ ਹੁਣ ਕੋਈ ਉਮੀਦ ਨਹੀਂ ਗੀ, ਸਾਨੂੰ ਪਹਿਲਾਂ ਉਮੀਦ ਸੀ ਵੀ 2024 ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰੂਗਾ ਮੋਦੀ ਸਰਕਾਰ ਅਤੇ ਜਿਹੜੀਆਂ ਰਹਿੰਦੀਆਂ ਮੰਗਾਂ ਉਹ ਪੂਰੀਆਂ ਕੀਤੀਆਂ ਜਾਣਗੀਆਂ, ਪਰ ਇੱਥੋਂ ਦੀ ਜਿਹੜੀ ਮੋਦੀ ਸਰਕਾਰ ਹੈ ਹਜੇ ਕੁੰਭਕਾਰ ਦੀ ਨੀਂਦ ਸੁੱਤੀ ਪਈ ਹੈ, ਇਹਨੂੰ ਜਗਾਉਣ ਦੀ ਖਾਤਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਇਸ ਸੀਟ ਦੇ ਵਿੱਚ ਬਿਰਾਜਮਾਨ ਹੋਊਗਾ ਉਹਦੇ ਵੀ ਉੱਚ ਧੌਣ ਤੇ ਗੋਡਾ ਧਰ ਕੇ ਮੰਗਾਂ ਮਨਾਈਆਂ ਜਾਣਗੀਆਂ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।